ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫਰੋਵਿਜ਼ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਵਾਰਡ ਅਟੈਂਡੈਂਟ ਦੇ ਅਤੇ ਮਲਟੀਪਲ ਹੈਲਥ ਵਰਕਰ ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ ਇਸੇ ਸੰਬੰਧ ਵਿੱਚ ਜੀਕੇ ਦੀ ਜੋ ਸੀਰੀਜ਼ ਹੈ ਤੁਸੀਂ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਇਸ ਦਾ ਲਿੰਕ ਮਿਲ ਜਾਵੇਗਾ ਅੱਜ ਅਸੀਂ ਤੁਹਾਡੇ ਲਈ ਮੈਥ ਦੇ ਸਵਾਲਾਂ ਦੀ ਲੜੀ ਦਾ ਅਗਲਾ ਪਾਰਟ ਲੈ ਕੇ ਆਏ ਹਾਂ ਜਿਹੜੀ ਲੜੀ ਦੇ ਪੁਰਾਣੇ ਪਾਰਟ ਜਾਂ ਤਾਂ ਤੁਸੀਂ ਉੱਪਰ ਆਈ ਬਟਨ ਉੱਤੇ ਜਾ ਕੇ ਲਿੰਕ ਚੈੱਕ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਇਸ ਦਾ ਵੀਡੀਓ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਲਿੰਕ ਮ ਪੁਲਿਓ ਕਿਉਂਕਿ ਇਹਨਾਂ ਸਾਰੇ ਵੀਡੀਓਜ਼ ਨੂੰ ਵਾਰ-ਵਾਰ ਦੇਖਣ ਨਾਲ ਤੁਹਾਡਾ ਵਾਰਡ اٹੈਂਡੈਂਟ ਦਾ ਸਿਲੇਬਸ ਪੂਰਾ ਹੋ ਜਾਵੇਗਾ ਤਾਂ ਇਹਦੀ ਪੇਪਰ ਦੀ ਪੂਰੀ ਤਰ੍ਹਾਂ ਤਿਆਰੀ ਹੋ ਜਾਵੇਗੀ ਜੋ ਜੋ ਚੈਨਲ ਉੱਤੇ ਨਵੇਂ ਆਏ ਹਨ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੁੜੂਰ ਦਿਵਾ ਲੈਣ ਤਾਂਕਿ ਤੁਹਾਡੀ ਵਾਰਡ اٹੈਂਡੈਂਟ ਦੀ ਤਿਆਰੀ ਸਾਡੇ ਨਾਲ ਜੁੜ ਕੇ ਬਹੁਤ ਚੰਗੀ ਤਰ੍ਹਾਂ ਹੋ ਸਕੇ ਇਸ ਤੋਂ ਇਲਾਵਾ ਇਸ ਇਗਜ਼ਾਮ ਸਬੰਧੀ ਜੋ ਜੋ ਸਟੱਡੀ ਮਟੀਰੀਅਲ ਹੁੰਦਾ ਹੈ ਉਹ ਮੈਂ ਤੁਹਾਨੂੰ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਪਾ ਦਿੰਨਾ ਹਾਂ ਇਸ ਲਈ ਇਹਨਾਂ ਦੋਨਾਂ ਨੂੰ ਜਾ ਕੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਜੁਆਇਨ ਕਰ ਲਵੋ ਜਾਂ ਫਿਰ ਆਪਣੇ ਆਪਣੇ ਟੈਲੀਗ੍ਰਾਮ ਅਤੇ ਇੰਸਟਾਗ੍ਰam ਉੱਤੇ ਸਟੱਡੀ ਐਂਡ ਇਨਫੋ ਸਰਚ ਕਰਕੇ ਵੀ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅਗਲਾ ਚੈਪਟਰ ਹੈ ਸਾਡਾ ਸਮਾਂ ਅਤੇ ਕੰਮ ਟਾਈਮ ਐਂਡ ਵਰਕ ਜਾਂ ਵਰਕ ਐਂਡ ਟਾਈਮ ਇਸ ਨੂੰ ਕਹਿ ਦਿੰਦੇ ਹਾਂ ਇਹ ਮੈਥ ਵਿੱਚ ਬਹੁਤ ਇੰਪੋਰਟੈਂਟ ਹੈ ਜੋ ਕੰਪੀਟੀਟਿਵ ਐਗਜ਼ਾਮਸ ਵਿੱਚ ਆਂਦਾ ਹੈ ਇਸ ਦੇ ਨਾਲ ਰਿਲੇਟਿਡ ਤਾਂ ਇੱਕ ਦੋ ਕੁਐਸਚਨ ਜ਼ਰੂਰ ਹੀ ਆਣਗੇ ਸ਼ੁਰੂ ਕਰਦੇ ਹਾਂ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਇਸ ਦਾ ਸਿੰਪਲੈਸਟ ਵੇ ਦੱਸਾਂ ਤਾਂ ਕਿ ਤੁਸੀਂ ਇਸ ਨਾਲ ਰਿਲੇਟਡ ਕੋਈ ਵੀ ਸਵਾਲ ਹੱਲ ਕਰ ਸਕੋ ਪਹਿਲਾ ਸਵਾਲ ਕਰਦੇ ਹਾਂ ਏ ਇੱਕ ਕੰਮ ਨੂੰ 12 ਦਿਨਾਂ ਵਿੱਚ ਕਰਦਾ ਹੈ ਅਤੇ ਬੀ ਇਸੇ ਕੰਮ ਨੂੰ 15 ਦਿਨਾਂ ਵਿੱਚ ਕਰਦਾ ਹੈ ਇਕੱਠੇ ਉਹ ਇਸ ਕੰਮ ਨੂੰ ਕਿੰਨੇ ਸਮੇਂ ਵਿੱਚ ਪੂਰਾ ਕਰਨਗੇ ਦੇਖੋ ਪਹਿਲਾਂ ਜੋ ਸਾਨੂੰ ਇਹ 12 ਤੇ 15 ਦੇ ਨਿਤੇ ਹੋਏ ਹਨ ਏ ਇਕੱਲੇ ਇਕੱਲਾ ਲੈਂਦਾ ਹੋਇਆ ਮਤਲਬ ਅਗਰ ਏ ਇਕੱਲਾ ਉਸ ਕੰਮ ਨੂੰ ਕਰਦਾ ਹੈ ਇਹ ਇਕੱਲਾ ਕਰਦਾ ਹੈ 12 ਦਿਨ ਤੇ b ਇਕੱਲਾ ਕਰਦਾ ਹੈ 15 ਦਿਨ ਉਸੇ ਕੰਮ ਤੇ ਸੇਮ ਹੀ ਕੰਮ ਤੇ ਉਹਨਾਂ ਦੋਨਾਂ ਨੂੰ ਇਕੱਠੇ ਲਗਾਤਾ ਤਾਂ ਉਸ ਨੂੰ ਕਿੰਨਾ ਟਾਈਮ ਵਿੱਚ ਉਸ ਕੰਮ ਨੂੰ ਪੂਰਾ ਕਰ ਦਿੰਦੇ ਹੈ ਇਸ ਦਾ ਇੱਕ ਹੀ ਮੈਥਡ ਹੈ ਤੁਸੀਂ ਇਹਨਾਂ ਦਾ ਕੰਮ ਜੋ ਇੱਕ ਦਿਨ ਦਾ ਕੱਢ ਲੈਣਾ ਹੈ ਠੀਕ ਹੈ ਇਸ ਦਾ ਇੱਕ ਬਸ ਇਹੀ ਮੈਥਡ ਹੈ ਇਸ ਨੂੰ ਕੱਢਣ ਦਾ ਜੋ ਕਿ ਸਭ ਤੋਂ ਸੌਖਾ ਹੈ ਏ ਜੇ ਪੂਰਾ ਕੰਮ ਕੋਈ ਵੀ ਪੂਰਾ ਕੰਮ 12 ਦਿਨ ਵਿੱਚ ਕਰਦਾ ਹੈ ਤਾਂ ਇਸ ਦਾ ਮਤਲਬ ਉਹ ਇੱਕ ਦਿਨ ਵਿੱਚ ਕਿੰਨਾ ਕੰਮ ਕਰੇਗਾ ਏ ਇੱਕ ਦਿਨ ਵਿੱਚ ਕਿੰਨਾ ਕੰਮ ਕਰੇਗਾ ਉਹ ਕਰੇਗਾ 1/12 ਇਸਟ ਕਨਫਿਊਜ਼ ਨਹੀਂ ਹੋਣਾ ਤੁਸੀਂ ਮੰਨ ਲਓ ਜਿਵੇਂ ਇਹ ਇੱਕ ਕੰਮ ਨੂੰ 2 ਦਿਨ ਵਿੱਚ ਕਰਦਾ ਹੈ ਠੀਕ ਹੈ ਇਹ ਕੋਈ ਵੀ ਕੰਮ ਕਰਦਾ ਹੈ ਉਹ ਉਸ ਨੂੰ 2 ਦਿਨ ਲਗਾ ਦਿੰਦਾ ਹੈ ਤਾਂ ਉਹ 1 ਦਿਨ ਵਿੱਚ ਕਿੰਨਾ ਕੰਮ ਕਰਦਾ ਹੈ ਇਸ ਦਾ ਮਤਲਬ ਉਹ 1 ਦਿਨ ਵਿੱਚ ਅੱਧਾ ਕੰਮ ਕਰੇਗਾ ਠੀਕ ਹੈ ਜੇ ਉਹ ਪੂਰੇ 2 ਦਿਨਾਂ ਵਿੱਚ 2 ਦਿਨਾਂ ਵਿੱਚ ਕੋਈ ਬੰਦਾ ਕਿਸੇ ਕੰਮ ਨੂੰ ਖਤਮ ਕਰ ਦਿੰਦਾ ਹੈ ਤਾਂ ਉਸ ਨੇ 1 ਦਿਨ ਵਿੱਚ ਅੱਧਾ ਕੰਮ ਤਾਂ ਉਸ ਨੇ 1 ਦਿਨ ਵਿੱਚ ਹੀ ਕਰਤਾ ਨਾ ਇਹ ਅੱਧਾ ਸਾਡੇ ਕੋਲ ਕਿੱਥੇ ਤੇ ਆਇਆ ਇਹ 2 ਹੈ ਜੋ ਇਹ 1 ਬਾਈ ਜਾ ਕੇ ਇਸ ਦਾ ਰੈਸੀਪਰੋਕਲ ਹੋਇਆ ਹੈ। ਮਤਲਬ ਉਹ ਉਲਟ ਗਿਆ। ਇਸੇ ਤਰ੍ਹਾਂ ਬਸ ਇਸ ਨਾਲ ਰਿਲੇਟ ਕਰ ਲੋ ਇਹਨੂੰ। ਅਗਰ ਇਹ ਪੂਰਾ ਕੰਮ 12 ਦਿਨਾਂ ਵਿੱਚ ਕਰਦਾ ਹੈ ਤਾਂ 1 ਦਿਨ ਵਿੱਚ 1/12। ਇਹ 1/12 1 ਵਿੱਚ ਇਸੇ ਤਰ੍ਹਾਂ 1/12 1/12 12 ਦਿਨਾਂ ਵਿੱਚ ਉਹ ਪੂਰਾ ਕੰਮ ਖਤਮ ਕਰ ਦੇਗਾ। ਜੇ ਤੁਸੀਂ 1/12 ਨੂੰ 12 ਵਾਰ ਜੋੜੋਗੇ ਤਾਂ ਸਾਡੇ ਕੋਲ ਪੂਰਾ ਕੰਮ 1 ਆ ਜਾਵੇਗਾ। ਅਸੀਂ ਇਸ ਵਿੱਚ ਕੰਮ ਨੂੰ ਮੰਨਦੇ ਹੁੰਦੇ ਹਾਂ ਕਿ ਪੂਰਾ ਕੰਮ 1 ਹੈ। ਠੀਕ ਹੈ। ਇਸੇ ਤਰ੍ਹਾਂ b 1 ਦਿਨ ਵਿੱਚ ਕਿੰਨਾ ਕੰਮ ਕਰੇਗਾ? b ਕਿ ਦਿਨ ਵਿੱਚ ਕਰੇਗਾ 1/15 ਠੀਕ ਹੈ ਹੁਣ ਅਸੀਂ ਇਹਨਾਂ ਦੋਹਾਂ ਦਾ ਮਿਲ ਕੇ ਇੱਕ ਦਿਨ ਦਾ ਕੰਮ ਕੱਢਣਾ ਹੈ a ਅਤੇ b ਇੱਕ ਦਿਨ ਵਿੱਚ ਕੰਮ ਕਰਦੇ ਹਨ ਕਿੰਨਾ ਕੰਮ ਕਰਨਗੇ ਦੋਨੋਂ ਮਿਲ ਕੇ ਇੱਕ ਦਿਨ ਵਿੱਚ 1/12 1/15 ਹੁਣ ਜਦੋਂ ਇਸ ਤਰ੍ਹਾਂ ਫ੍ਰੈਕਸ਼ਨਾਂ ਸਾਨੂੰ ਐਡ ਕਰਨ ਆ ਜਾਣ ਤਾਂ ਅਸੀਂ ਨੀਚੇ ਦਾ ਲਘੁਤਮ ਲੈਂਦੇ ਹਾਂ ਜਾਨੀ ਕਿ ਐਲਸੀਐਮ 12 ਤੇ 15 ਦਾ ਤੁਸੀਂ ਐਲਸੀਐਮ ਲੈਣਾ ਹੈ ਦੇਖੋ 12 ਤੇ 15 ਦਾ 2 ਨਾਲ ਛੇਤ ਗਿਆ 15 ਇਸੇ ਤਰ੍ਹਾਂ ਰਹਿ ਗਿਆ 2 ਨਾਲ 3 ਤੇ ਗਿਆ 15 ਇਸੇ ਤਰ੍ਹਾਂ 3 1 3 5 ਫਿਰ 5 1 5 ਤੇ 15 15 2 30 3 ਤੇ 60 ਤੇ ਇਸਾ ਕੀ ਆ ਗਿਆ 60 12 ਨੂੰ 60 ਨਾਲ ਡਿਵਾਈਡ ਕਰਿਆ 5 5 ਨੂੰ 1 ਨਾਲ ਮਲਟੀਪਲਾਈ ਕਰਿਆ 5 15 ਨੂੰ 60 ਨਾਲ ਡਿਵਾਈਡ ਕਰਿਆ 4 4 ਨੂੰ 1 ਨਾਲ ਮਲਟੀਪਲਾਈ ਕਰਿਆ 4 ਇਹ ਸਾਡੇ ਕੋਲ ਆ ਗਿਆ 9/60 ਇਸ ਨੂੰ ਕੱਟ ਲਵੋ 3 ਦੇ ਪਹਾੜੇ ਤੇ ਇਸ ਦਾ ਮਤਲਬ A ਤੇ B ਇੱਕ ਦਿਨ ਵਿੱਚ 3/20 ਕੰਮ ਕਰਦੇ ਹਨ ਇਹ ਇਹਨਾਂ ਦਾ ਇੱਕ ਦਿਨ ਦਾ ਕੰਮ ਹੈ ਇੱਕ ਦਿਨ ਦਾ 3/20 ਕੰਮ ਤਾਂ ਪੂਰਾ ਕੰਮ ਕਿੰਨੇ ਵਿੱਚ ਕਰਨਗੇ b/3 ਹੁਣ ਇਸਨੇ ਉਲਟ ਜਾਣਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਗਰ ਉਹ ਇੱਕ ਦਿਨ ਵਿੱਚ 1/12 ਕੰਮ ਕਰਦਾ ਸੀ ਇਹ ਦਿਨ ਹੈ ਤੇ ਇਹ ਕੰਮ ਤਾਂ ਪੂਰਾ ਕੰਮ ਕਿੰਨੇ ਵਿੱਚ ਕਰਦਾ ਸੀ 12 ਦਿਨਾਂ ਵਿੱਚ ਇਸੇ ਤਰ੍ਹਾਂ ਹੁਣ ਅਸੀਂ ਇੱਥੇ ਪੂਰਾ ਕੰਮ ਕਿੰਨੇ ਵਿੱਚ ਕਰਨਗੇ ਦੋਨੋਂ ਮਿਲ ਕੇ 20/3 ਪੂਰਾ ਕੰਮ ਕਰਨਗੇ 20/3 ਇਸ ਨੂੰ ਡਿਵਾਈਡ ਕਰ ਲਵੋ 3 6 18 ਐਨੇ ਦਿਨ ਇਹ ਸਾਡਾ ਉੱਤਰ ਹੋਵੇਗਾ ਇਹ ਤੁਹਾਡਾ ਬੇਸਿਕ ਕੁਐਸਚਨ ਸੀ ਇਸ ਨਾਲ ਰਿਲੇਟ ਕਰਕੇ ਤੁਸੀਂ ਸਾਰੇ ਕੁਐਸਚਨ ਜਿਵੇਂ ਸਾਨੂੰ ਕੋਈ ਵੀ ਦਿੰਦਾ ਵੀ ਇਹ 1 ਦਿਨ ਵਿੱਚ ਇਹਨਾਂ 2 ਦਿਨ ਤੁਸੀਂ ਇਹਨਾਂ ਦਾ 1 ਦਿਨ ਦਾ ਕੰਮ ਕੱਢ ਲੈਣਾ ਹੈ 1 ਦਿਨ ਦਾ ਕੰਮ ਕਰਕੇ ਉਹਨਾਂ ਨੂੰ ਜੋੜਨਾ ਹੈ ਉਹ ਸਾਡੇ ਕੋਲ ਇਕੱਠਿਆਂ ਦਾ 1 ਦਿਨ ਦਾ ਕੰਮ ਆ ਗਿਆ ਪੂਰਾ ਕੰਮ ਕਰਨਾ ਹੈ ਤਾਂ ਇਸ ਨੂੰ ਉਲਟਾ ਦੇਣਾ ਨੈਕਸਟ ਵਾਲਾ ਲੱਗੇ ਕਰਨ x ਅਤੇ y ਕਿਸੇ ਕੰਮ ਨੂੰ 10 ਦਿਨਾਂ ਵਿੱਚ ਖਤਮ ਕਰਦੇ ਹਨ ਜੇਕਰ x ਇਸ ਕੰਮ ਨੂੰ ਇਕੱਲਾ 18 ਦਿਨਾਂ ਵਿੱਚ ਕਰ ਸਕਦਾ ਹੈ y ਇਸ ਕੰਮ ਨੂੰ ਇਕੱਲਾ ਕਿੰਨੇ ਸਮੇਂ ਵਿੱਚ ਕਰ ਸਕਦਾ ਹੈ ਹੁਣ ਦੇਖੋ ਸਾਨੂੰ x ਅਤੇ y ਦਾ ਦਿੱਤਾ ਵੀ x ਤੇ y ਦੋਨੇ ਮਿਲ ਕੇ ਉਸ ਕੰਮ ਨੂੰ 10 ਦਿਨਾਂ ਵਿੱਚ ਖਤਮ ਕਰਦੇ ਆ ਠੀਕ ਹੈ ਨਾ ਪਹਿਲੀ ਚੀਜ਼ ਦੂਸਰੀ x ਨੂੰ ਜੇ ਇਕੱਲੇ ਉਹ ਕੰਮ ਦਿੱਤਾ ਜਾਂਦਾ ਹੈ ਤਾਂ x ਇਕੱਲਾ ਉਸ ਕੰਮ ਨੂੰ 18 ਦਿਨਾਂ ਵਿੱਚ ਕਰਦਾ ਹੁਣ ਜੋ ਮੈਂ ਤੁਹਾਨੂੰ ਇਸ ਦਾ ਮੈਥਡ ਦੱਸਿਆ ਹੈ ਤੁਸੀਂ 1 ਦਿਨ ਦਾ ਕੰਮ ਕੱਢਣਾ ਹੈ ਅਸੀਂ y ਦਾ ਇਕੱਲੇ ਵਾਲਾ ਫਾਈਂਡ ਕਰਨਾ ਹੈ y ਦਾ ਇਕੱਲਾ ਸੀ ਫਾਈਂਡ ਕਰਨਾ ਹੈ ਜੀ ਜਦੋਂ ਤੁਸੀਂ ਹੁਣ y ਦੇ ਨੂੰ ਲੈਟ ਕਰ ਲਵੋ ਕਿ y ਇਕੱਲਾ ਉਸ ਦਿਨ ਨੂੰ ਇਕੱਲਾ ਉਸ ਕੰਮ ਨੂੰ x ਦਿਨਾਂ ਵਿੱਚ ਕਰਦਾ ਹੈ ਤਾਂ ਅਸੀਂ ਸਿੰਪਲ ਮੈਥਡ ਲਾ ਦਾਂਗੇ ਕਿ a ਸੌਰੀ x ਇੱਕ ਦਿਨ ਵਿੱਚ ਕਿੰਨਾ ਕਰੇਗਾ 1/18 y ਇੱਕ ਦਿਨ ਵਿੱਚ ਕਿੰਨਾ ਕਰੇਗਾ 1/x ਦੋਨੇ ਮਿਲ ਕੇ ਇੱਕ ਦਿਨ ਵਿੱਚ ਕਿੰਨਾ ਕਰਨਗੇ 1/18 1/x ਪਰ ਮਿਲ ਕੇ ਤਾਂ ਸਾਨੂੰ ਦਿੱਤਾ ਹੋਇਆ ਹੈ ਕਿ ਉਹ ਮਿਲ ਕੇ 10 ਦਿਨਾਂ ਵਿੱਚ ਪੂਰਾ ਕੰਮ ਖਤਮ ਕਰ ਦਿੰਦੇ ਹਨ ਤਾਂ ਮਿਲ ਕੇ ਇੱਕ ਦਿਨ ਵਿੱਚ ਕਿੰਨਾ ਕਰਦੇ ਹਨ 1/10 ਇਸ ਨੂੰ ਬਰਾਬਰ ਰੱਖ ਲਿਆ 1/10 ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ ਦੇਖੋ x ਪੂਰਾ ਕੰਮ 10 ਦਿਨਾਂ ਵਿੱਚ ਕਰਦਾ ਹੈ ਤਾਂ ਉਹ ਇੱਕ ਦਿਨ ਵਿੱਚ x ਅਤੇ y ਪੂਰਾ ਕੰਮ 10 ਦਿਨਾਂ ਵਿੱਚ ਕਰਦੇ ਹਨ ਤਾਂ ਉਹ ਇੱਕ ਦਿਨ ਵਿੱਚ 1/10 ਕੰਮ ਕਰਦੇ ਹਨ ਕੱਲਾ x 18 ਵਿੱਚ ਕਰਦਾ ਹੈ ਤਾਂ ਇੱਕ ਦਿਨ ਵਿੱਚ 1/18 ਕਰੇਗਾ y ਦਾ ਅਸੀਂ ਕੱਢਣਾ ਹੈ ਉਸ ਨੂੰ ਅਸੀਂ x ਮੰਨ ਲਿਆ ਤਾਂ ਅਸੀਂ ਕਿਹਾ ਕਿ ਉਹ ਇੱਕ ਦਿਨ ਵਿੱਚ 1/x ਕੰਮ ਕਰੇਗਾ y ਅਤੇ x ਦੇ ਨੂੰ ਦੋਹਾਂ ਦੇ ਨੂੰ ਮਿਲਾ ਕੇ ਦੋਨਾਂ ਦਾ ਤੁਹਾਨੂੰ ਦਿੱਤਾ ਹੋਇਆ ਹੈ ਠੀਕ ਹੈ ਹੁਣ ਅਸੀਂ ਇੱਥੋਂ x ਦੀ ਵੈਲਿਊ ਫਾਈਂਡ ਕਰ ਲੈਣੇ ਆ ਦੇਖੋ ਤਾਂ ਇਸ ਦਾ ਮਤਲਬ 1/x ਕੀ ਆ ਜਾਵੇਗਾ 1/10 1/18 10 ਤੇ 18 ਦਾ ਲਘੁਤਮ ਕਿੰਨਾ ਆਏਗਾ ਦੇਖੋ 10 ਤੇ 18 ਇਸ ਦਾ ਆ ਜਾਵੇਗਾ 90 ਠੀਕ ਹੈ ਤੇਰੇ ਕੋਲ ਕਿੰਨਾ ਆ ਜਾਵੇਗਾ 90 10 ਨੂੰ 90 ਨਾਲ ਭਾਗ ਕੀਤਾ ਉੱਪਰ ਇੱਕ ਨਾਲ ਗੁਣਾ ਕਰਤਾ 8 ਨੂੰ 18 ਨੂੰ 90 ਨਾਲ ਭਾਗ ਕੀਤਾ ਤਾਂ 5 ਆ ਜਾਵੇਗਾ ਇਸ ਨੂੰ ਉੱਤੇ ਗੁਣਾ ਕਰਤਾ ਠੀਕ ਹੈ ਨਾ ਤਾਂ ਇਹ ਸਾਡੇ ਕੋਲ ਆ ਗਿਆ 4/90 4/90 ਇਸ ਨੂੰ ਕੈਨਸਲ ਕਰ ਲੋ 2/45 x ਜੋ ਇਹ ਉਸ ਦਾ 1 ਦਿਨ ਦਾ ਕੰਮ ਆਇਆ ਹੈ ਠੀਕ ਹੈ ਨਾ ਕਿਉਂ 1 ਦਿਨ ਵਿੱਚ ਜਿਹੜਾ y ਹੈ ਉਹ ਇੰਨਾ ਕੰਮ ਕਰੇਗਾ ਤਾਂ ਉਹ ਪੂਰਾ ਕੰਮ ਕਿੰਨੇ ਦਿਨਾਂ ਵਿੱਚ ਕਰ ਦਵੇਗਾ ਇਸ ਨੂੰ ਉਲਟਾ दो ਪੂਰਾ ਕੰਮ 45 ਇਹ ਅਸੀਂ ਕੱਢ ਰਹੇ ਹਾਂ y ਦਾ ਪੂਰਾ ਕੰਮ 45 2 22 1 2 ਦਿਨ ਠੀਕ ਹੈ ਜਾਨੀ ਕਿ 22 ਦਿਨ ਪੂਰੇ ਤੇ ਅਗਲਾ ਦਿਨ ਅੱਧਾ ਸਾਢੇ 22 ਦਿਨਾਂ ਵਿੱਚ ਉਹ ਪੂਰਾ ਕੰਮ ਇਕੱਲਾ ਖਤਮ ਕਰ ਦੋਵੇਗਾ ਚੱਲਦੇ ਹਾਂ ਆਪਣੇ ਅਗਲੇ ਸਵਾਲ ਤੇ ਸਵਾਲ ਨੰਬਰ 3 A ਇੱਕ ਕੰਧ ਬਣਾਉਣ ਨੂੰ 30 ਦਿਨ ਲਾਉਂਦਾ ਹੈ ਜਦਕਿ B 40 ਦਿਨ ਲਾਉਂਦਾ ਹੈ ਜੇਕਰ ਉਹ ਦੋਵੇਂ ਬਣਾਉਣ ਤਾਂ 385 ਰੁਪਏ ਮਿਲਦੇ ਹਨ B ਦਾ ਹਿੱਸਾ ਕੀ ਹੋਵੇਗਾ ਹੁਣ ਦੇਖੋ A ਇਕੱਲਾ ਉਸ ਕੰਧ ਨੂੰ ਬਣਾਉਣ ਨੂੰ 30 ਦਿਨ ਲਗਾਉਂਦਾ ਹੈ B ਉਸ ਨੂੰ 40 ਦਿਨ ਲਗਾਉਂਦਾ ਹੈ ਜੇ ਦੋਵੇਂ ਇਕੱਠੇ ਕਰਦੇ ਹਨ ਠੀਕ ਹੈ ਦੋਵੇਂ ਉਸ ਕੰਮ ਨੂੰ ਕੰਦ ਨੂੰ ਬਣਾਉਣ ਲੱਗਦੇ ਹਨ ਤਾਂ ਉਸਨੂੰ ਉਹਨਾਂ ਨੂੰ 385 ਰੁਪਏ ਉਹਨਾਂ ਦੀ ਕੰਮ ਕਰਨ ਦੇ ਪੈਸੇ ਮਿਲਦੇ ਹਨ 385 ਰੁਪਏ ਤਾਂ ਸਾਨੂੰ ਇਸ ਵਿੱਚ ਹਿੱਸਾ ਦੱਸਣਾ ਹੈ ਕਿ B ਦਾ ਹਿੱਸਾ ਕਿੰਨਾ ਹੋਵੇਗਾ ਇਸਨੂੰ ਕਿਵੇਂ ਕਰਾਂਗੇ ਏ ਜੇ 30 ਦਿਨ ਲਾਉਂਦਾ ਹੈ ਤਾਂ ਇਹ ਇੱਕ ਦਿਨ ਵਿੱਚ ਕਿੰਨੀ ਕੰਦ ਬਣਾ ਦਿੰਦਾ ਹੈ 1/30ਵਾਂ ਹਿੱਸਾ ਬੀ ਇੱਕ ਦਿਨ ਵਿੱਚ ਕਿੰਨੀ ਕੰਦ ਬਣਾ ਦਿੰਦਾ ਹੈ 1/40ਵਾਂ ਹਿੱਸਾ ਦੇਖੋ ਹੁਣ ਜੋ ਇਹਨਾਂ ਨੂੰ ਪੈਸੇ ਮਿਲਦੇ ਹਨ ਉਹ ਇਹਨਾਂ ਨੂੰ ਮਿਲਦੇ ਹਨ ਕਿ ਇੱਕ ਦਿਨ ਵਿੱਚ ਕਿੰਨਾ ਕੰਮ ਕਰਦੇ ਹਨ ਜਿਹੜਾ ਜ਼ਿਆਦਾ ਕੰਮ ਕਰੇਗਾ ਉਸ ਨੂੰ ਜ਼ਿਆਦਾ ਪੈਸੇ ਮਿਲਣਗੇ ਠੀਕ ਹੈ ਨਾ ਤਾਂ ਏ ਤੇ ਬੀ ਦੀ ਕੰਮ ਦੀ ਕੀ ਰੇਸ਼ੋ ਹੋਵੇਗੀ ਏ ਤੇ ਬੀ ਦੀ ਰੇਸ਼ੋ ਹੋਵੇਗੀ 1/30 ਯਾਨੀ ਕਿ ਇਸ ਦਾ 1 ਦਿਨ ਦਾ ਕੰਮ ਤੇ 1/40 ਇਹਨਾਂ ਦਾ ਅਨੁਪਾਤ ਹੋਏਗਾ ਜੋ ਤੁਸੀਂ ਇਹਨਾਂ ਨੂੰ ਸੋਲਵ ਕਰ ਲਵੋਗੇ ਇਹ ਇਸ ਤਰ੍ਹਾਂ ਹੈ ਮਤਲਬ 1/30 1/40 40 ਉੱਤੇ ਆਇਆ 30 ਥੱਲੇ 4/3 ਇਹ ਇਹਨਾਂ ਦੇ ਕੰਮ ਦੀ ਅਨੁਪਾਤ ਹੈ ਕਿ A B ਦਾ ਕੰਮ ਇਸ ਤਰ੍ਹਾਂ ਦਾ ਹੋਵੇਗਾ ਏ ਅਗਰ 4 ਕੰਮ ਕਰਦਾ ਹੈ ਤਾਂ B 3 ਕੰਮ ਕਰਦਾ ਹੈ ਤੁਸੀਂ ਇਹਾਂ ਦਾ ਜੋ ਅੰਦਾਜ਼ਾ ਹੈ ਉਹਨਾਂ ਦਿਨਾਂ ਤੋਂ ਨਹੀਂ ਲਾਣਾ ਦੇਖੋ B ਉਸ ਕੰਮ ਨੂੰ ਜ਼ਿਆਦਾ ਦਿਨ ਲਾ ਰਿਹਾ ਇਟ ਮੀਨਸ ਉਹ ਘੱਟ ਕੰਮ ਕਰ ਰਿਹਾ ਹੈ ਇੱਕ ਦਿਨ ਵਿੱਚ A ਉਸ ਕੰਮ ਨੂੰ ਘੱਟ ਦਿਨ ਲਗਾ ਰਿਹਾ ਇਹਦਾ ਮਤਲਬ ਉਹ ਇੱਕ ਦਿਨ ਵਿੱਚ ਜ਼ਿਆਦਾ ਕੰਮ ਕਰ ਰਿਹਾ ਹੈ B ਨਾਲੋਂ ਤਾਂ A ਨੂੰ ਜੋ ਪੈਸੇ ਹਨ ਉਹ B ਨਾਲੋਂ ਜ਼ਿਆਦਾ ਮਿਲਣੇ ਹਨ ਕਿਉਂਕਿ ਉਹ ਇੱਕ ਦਿਨ ਵਿੱਚ ਜ਼ਿਆਦਾ ਕੰਮ ਕਰਦਾ ਹੈ ਉਹਨਾਂ ਨੂੰ ਦੋਨਾਂ ਇਕੱਠੇ ਲਾਇਆ ਨਾ ਹੁਣ ਜਦੋਂ ਦੋਨੋਂ ਇਕੱਠੇ ਕੰਮ ਕਰ ਰਹੇ ਹਨ ਤਾਂ A ਜ਼ਿਆਦਾ ਕੰਮ ਕਰ ਰਿਹਾ B ਘੱਟ ਕੰਮ ਕਰ ਰਿਹਾ ਤਾਂ ਇਹਨੂੰ ਪੈਸੇ ਵੀ ਜ਼ਿਆਦਾ ਮਿਲਣੇ ਹਨ ਇਹਨਾਂ ਦਾ ਅਨੁਪਾਤ ਆ ਗਿਆ ਹੁਣ ਅਸੀਂ ਅਨੁਪਾਤ ਦੀ ਮਦਦ ਨਾਲ a ਦਾ ਹਿੱਸਾ ਵੀ ਕੱਢ ਸਕਦੇ ਹਾਂ ਤੇ b ਦਾ ਹਿੱਸਾ ਵੀ ਦੇਖੋ ਅਨੁਪਾਤ ਚੋਂ ਹਿੱਸਾ ਕਿਵੇਂ ਕੱਢਦੇ ਹੁੰਨੇ ਆ ਜੇ ਤੁਸੀਂ a ਦਾ ਹਿੱਸਾ ਕੱਢਣਾ ਹੈ a ਦਾ ਹਿੱਸਾ ਹੋਵੇਗਾ ਉੱਪਰਲੇ ਨੂੰ ਉੱਪਰ ਹੇਠੇ ਦੋਨੋਂ ਦਾ ਜੋੜ 4 ਤੇ 3 7 ਇਹ ਉਸਦਾ ਹਿੱਸਾ ਹੋਵੇਗਾ ਟੋਟਲ ਚੋਂ ਜਿੰਨਾ ਵੀ ਟੋਟਲ ਹੈ ਤੇ b ਦਾ ਹਿੱਸਾ b ਦਾ ਹਿੱਸਾ b ਵਾਲਾ ਉੱਪਰ ਨਿਚੇ ਦੋਨੋਂ ਟੋਟਲ ਤੇ ਟੋਟਲ ਜਿੰਨੇ ਪੈਸੇ ਹਨ ਹੁਣ ਸਾਡੇ ਕੋਲ ਪੈਸੇ ਕਿੰਨੇ ਆ 385 ਰੁਪਿਆ ਜੋ ਸਾਨੂੰ ਕੋ ਇਕੱਠਿਆਂ ਨੂੰ ਵੰਡਣਾ ਹੈ ਤਾਂ ਇਸ ਵਿੱਚ ਸਾਨੂੰ ਬੀ ਦਾ ਹਿੱਸਾ ਪੁੱਛਿਆ ਹੈ ਬੀ ਦਾ ਹਿੱਸਾ ਦੇਖੋ 7 ਨੂੰ 385 ਤੇ ਕਟਿਆ 535 535 55 ਨੂੰ 3 ਨਾਲ ਗੁਣਾ ਕੀਤਾ 165 ਯਾਨੀ ਕਿ ਬੀ ਨੂੰ 165 ਰੁਪਏ ਮਿਲਣਗੇ ਤੇ ਹੁਣ ਏ ਦਾ ਹਿੱਸਾ ਵੀ ਕੱਢ ਕੇ ਦੇਖ ਲੋ ਏ ਵੀ 55 ਤੇ 55 4 ਇਸ ਦਾ ਆ ਗਿਆ 220 ਰੁਪਏ ਠੀਕ ਹੈ ਇਸ ਤਰ੍ਹਾਂ ਦੇ ਹੋਰ ਸਵਾਲ ਤੁਸੀਂ ਪ੍ਰੈਕਟਿਸ ਕਰਕੇ ਦੇਖ ਸਕਦੇ ਹੋ ਇਹ ਬਹੁਤ ਆ ਜਾਂਦੇ ਹਨ ਕਿ ਇੰਨੇ ਪੈਸਿਆਂ ਵਿੱਚੋਂ ਉਹਨਾਂ ਨੂੰ ਕਿੰਨਾ ਹਿੱਸਾ ਮਿਲੇਗਾ ਦੋਵਾਂ ਨੂੰ ਚੱਲਦੇ ਹਾਂ ਅਗਲੇ ਸਵਾਲ ਤੇ ਸਵਾਲ ਨੰਬਰ 4 ਏ ਬੀ ਅਤੇ ਸੀ ਮਿਲ ਕੇ ਇੱਕ ਕੰਮ ਨੂੰ 4 ਦਿਨ ਏ ਇਕੱਲਾ ਉਸ ਕੰਮ ਨੂੰ 12 ਦਿਨ B 18 ਦਿਨ ਵਿੱਚ ਖਤਮ ਕਰਦਾ ਹੈ ਤਾਂ C ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਖਤਮ ਕਰੇਗਾ A B ਤੇ C ਜੇ ਤਿੰਨਾਂ ਨੂੰ ਇਕੱਠੇ ਉਸ ਕੰਮ ਨੂੰ ਕਰਨ ਲਈ ਦਿੱਤਾ ਜਾਂਦਾ ਹੈ ਤਾਂ ਉਹ 4 ਦਿਨ ਵਿੱਚ ਖਤਮ ਕਰ ਦਿੰਦੇ ਆ ਠੀਕ ਹੈ A ਉਸ ਕੰਮ ਨੂੰ ਕਰੇਗਾ 12 ਦਿਨਾਂ ਵਿੱਚ B ਉਸ ਕੰਮ ਨੂੰ ਕਰੇਗਾ 18 ਦਿਨਾਂ ਵਿੱਚ ਇਹ ਸਾਰੇ ਦਿਨ ਹਨ ਕਿ 4 ਦਿਨ 12 ਨੂੰ ਤੇ 18 ਦਿਨ ਅਸੀਂ ਕੱਢਣਾ ਹੈ ਕਿ C ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰੇਗਾ ਹੁਣ ਦੇਖੋ ਉਸੇ ਤਰ੍ਹਾਂ ਇੱਕ ਇੱਕ ਦਿਨ ਦਾ ਕੰਮ ਕੱਢ ਲਓ ਏ ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਹੈ ਏਕ ਦਿਨ ਚ ਕਰਦਾ ਹੈ 1/12 ਬੀ ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਹੈ ਬੀ ਇੱਕ ਦਿਨ ਚ ਕਰਦਾ ਹੈ 1/18 ਸੀ ਨੂੰ ਲੈ ਲਓ ਵੀ ਸੀ ਇੱਕ ਦਿਨ ਵਿੱਚ ਜੇ ਪੂਰਾ ਕੰਮ ਸੀ ਐਕਸ ਦਿਨਾਂ ਵਿੱਚ ਖਤਮ ਕਰ ਦਿੰਦਾ ਹੈ ਤਾਂ ਉਹ ਇੱਕ ਦਿਨ ਵਿੱਚ 1/ਐਕਸ ਕੰਮ ਕਰਦਾ ਹੈ ਤਿੰਨੋਂ ਮਿਲ ਕੇ ਇੱਕ ਦਿਨ ਵਿੱਚ 1/4 ਕੰਮ ਕਰਦੇ ਹਨ ਹੁਣ ਅਸੀਂ ਇਹਨਾਂ ਦਾ ਇੱਕ ਇੱਕ ਦਿਨ ਦੇ ਕੰਮ ਨੂੰ ਜੋੜ ਦੇਣਾ ਹੈ ਮਤਲਬ ਏ ਦਾ ਇੱਕ ਦਿਨ ਦਾ ਕੰਮ 1/12 ਬੀ ਦਾ ਇੱਕ ਦਿਨ ਦਾ ਕੰਮ 1/18 ਸੀ ਦਾ ਇੱਕ ਦਿਨ ਦਾ ਕੰਮ 1/x ਤੇ ਇਹਨਾਂ ਦਾ ਮਿਲ ਕੇ ਇੱਕ ਦਿਨ ਦਾ ਕੰਮ ਕਿੰਨਾ ਬਣਨਾ ਚਾਹੀਦਾ ਹੈ 1/4 ਹੁਣ ਇਸ ਨੂੰ ਸੀ ਇਕੁਏਸ਼ਨ ਨੂੰ ਸੋਲਵ ਕਰਨਾ ਹੈ ਕਿੱਦਾਂ ਕਰਨਾ ਹੈ 1/x ਨੂੰ ਇੱਧਰ ਰੱਖ ਲਓ 1/4 1/12 ਤੇ -1/18 4 12 18 ਦਾ ਜੋ ਤੁਸੀਂ ਲਘੁਤਮ ਕਰੋਗੇ ਤਾਂ ਉਹ ਸਾਡੇ ਕੋਲ ਬਣ ਜਾਏਗਾ 72 ਭੱਤ ਨਾਲ ਇਹਨੂੰ ਸੋਲਵ ਕਰਿਆ ਯਾਨੀ ਕਿ 4 ਨਾਲ ਕਿੰਨੇ ਤੇ ਜਾਵੇਗਾ 18 12 ਨਾਲ 6 ਤੇ ਤੇ 18 ਨਾਲ 4 ਤੇ 6 ਤੇ 4 10 18 ਚੋਂ 10 ਕੱਢੇ 8 ਤੇ ਸਾਡੇ ਕੋਲ ਆ ਗਿਆ 8 72 ਇਸ ਨੂੰ ਕੈਨਸਲ ਕੀਤਾ ਤਾਂ 1 9 ਤਾਂ ਸਾਡੇ ਕੋਲ ਇੱਥੇ 1 x ਸਾਡੇ ਕੋਲ ਬਣਦਾ ਹੈ 1 9 ਇਸ ਦਾ ਮਤਲਬ ਸਾਡੇ ਕੋਲ x ਆ ਗਿਆ 9 ਦਿਨ ਤਾਂ ਸੀ ਕੱਲਾ ਉਸ ਕੰਮ ਨੂੰ 9 ਦਿਨਾਂ ਵਿੱਚ ਖਤਮ ਕਰ ਦਵੇਗਾ ਠੀਕ ਹੈ ਬਸ ਕੁਝ ਨਹੀਂ ਅਸੀਂ ਇੱਕ ਇੱਕ ਦਿਨ ਦੇ ਕੰਮ ਨੂੰ ਕੱਢ ਕੇ ਜੋੜ ਲਿਆ ਤੇ ਸਾਨੂੰ ਟੋਟਲ ਦਿੱਤਾ ਹੋਇਆ ਸੀ ਵੀ ਉਹ ਇੱਕ ਦਿਨ ਵਿੱਚ ਚਾਰ ਚਾਰ ਦਿਨਾਂ ਵਿੱਚ ਕੰਮ ਕਰਦੇ ਤਾਂ ਇੱਕ ਦਿਨ ਵਿੱਚ 1/4 ਹਿੱਸਾ ਕੰਮ ਦਾ ਖਤਮ ਕਰ ਦਿੰਦੇ ਹਾਂ ਚੱਲਦੇ ਆਪਾਂ ਆਪਣੇ ਅਗਲੇ ਸਵਾਲ ਤੇ ਦੇਖੋ ਸਵਾਲ ਨੰਬਰ 5 ਤੇ ਸਾਡਾ ਅੱਜ ਦਾ ਆਖਰੀ ਸਵਾਲ A B ਦੇ ਮੁਕਾਬਲੇ 3 ਗੁਣਾ ਕੰਮ ਕਰਦਾ ਹੈ ਅਤੇ ਉਸ ਤੋਂ 10 ਦਿਨ ਘੱਟ ਲਗਾਉਂਦਾ ਹੈ ਬੀ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰ ਦਵੇਗਾ ਹੁਣ ਇਸ ਵਿੱਚ ਸਾਨੂੰ ਪ੍ਰੋਪਰ ਕਿਸੇ ਦਾ ਵੀ ਨਹੀਂ ਦਿੱਤਾ ਕਿ ਏ ਕਿੰਨੇ ਦਿਨਾਂ ਵਿੱਚ ਕਰਦਾ ਹੈ ਬੀ ਕਿੰਨੇ ਦਿਨਾਂ ਵਿੱਚ ਕਰਦਾ ਹੈ ਪਰ ਸਾਨੂੰ ਉਹਨਾਂ ਦਾ ਆਪਸੀ ਜੋ ਰਿਲੇਸ਼ਨ ਹੈ ਉਹ ਦਿੱਤਾ ਇਹ ਏ ਹੈ ਮੰਨ ਲਓ ਤੇ ਇਹ ਬੀ ਹੈ ਏ ਬੀ ਦੇ ਮੁਕਾਬਲੇ 3 ਗੁਣਾ ਕੰਮ ਕਰਦਾ ਹੈ ਜੇ ਬੀ ਕੋਈ ਇੱਕ ਦਿਨ ਵਿੱਚ ਮੰਨ ਲਓ ਸਿਰਫ x ਕੰਮ ਕਰਦਾ ਹੈ ਤਾਂ ਏ ਜੋ 3x ਕੰਮ ਕਰਦਾ ਹੈ ਕਿਉਂਕਿ A ਉਸ ਦੇ ਨਾਲੋਂ 3 ਗੁਣਾ ਜ਼ਿਆਦਾ ਵਧੀਆ ਕੰਮ ਕਰਦਾ ਹੈ ਠੀਕ ਹੈ じゃあ ਤੁਸੀਂ ਇਸ ਨੂੰ ਕੀ ਕਹਿ ਸਕਦੇ ਹੋ ਜਿੰਨਾ ਇਹ ਕੰਮ ਕਰਦੇ ਆਂ ਟਾਈਮ ਇਹ ਉਲਟ ਲਾਂਦੇ ਆਂ ਜੇ B x ਕੰਮ ਕਰਦਾ ਹੈ A 3x ਕੰਮ ਕਰਦਾ ਇਸ ਦਾ ਮਤਲਬ ਟਾਈਮ B 3x ਲਾਊਗਾ B ਜੇ 3x ਦਿਨ ਲਾਉਂਦਾ ਤਾਂ ਇਹਨੇ x ਦਿਨ ਲਾਉਣੇ ਆ ਕਿਉਂਕਿ ਇਹ ਘੱਟ ਦਿਨ ਲਵੇਗਾ ਕਿਉਂਕਿ ਇਹ ਕੰਮ ਜ਼ਿਆਦਾ ਕਰਦਾ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਜੇ ਤੁਹਾਨੂੰ ਇਹਨਾਂ ਦੇ ਤਾਂ ਨਾ ਕਿ ਇਹ ਉਸ ਨਾਲੋਂ 2 ਗੁਣਾ ਕੰਮ ਕਰਦਾ ਹੈ ਤੇ ਇਹਦਾ ਮਤਲਬ ਉਹ ਟਾਈਮ ਉਲਟ ਲਾਣਗੇ ਠੀਕ ਹੈ ਨਾ ਜੇ A B ਨਾਲੋਂ 2 ਗੁਣਾ ਕੰਮ ਕਰਦਾ ਹੁੰਦਾ ਤਾਂ B ਨੇ ਜੇ 2 ਗੁਣਾ ਦਿਨ ਲਾਣੇ ਸੀ ਤਾਂ A ਨੇ ਸਿਰਫ ਇੱਕ ਇਕੱਲਾ 1 ਗੁਣਾ ਦਿਨ ਲਾਣੇ ਸੀ B ਨਾਲੋਂ ਹੁਣ A ਉਸ ਕੰਮ ਨੂੰ x ਦਿਨਾਂ ਵਿੱਚ ਕਰਦਾ ਹੈ B ਉਸ ਕੰਮ ਨੂੰ 3x ਦਿਨ ਕਰਦਾ ਹੈ ਸਾਡੇ ਕੋਲ ਦਿਨਾਂ ਵਿੱਚ ਬਣ ਗਿਆ ਹੁਣ ਇਹ ਕਹਿੰਦਾ ਕਿ A ਉਸ ਤੋਂ 10 ਦਿਨ ਘੱਟ ਲਗਾਉਂਦਾ ਹੈ ਜੇ b 3x ਦਿਨਾਂ ਵਿੱਚ ਕੰਮ ਕਰਦਾ ਹੈ ਤਾਂ ਜਿੰਨੇ ਦਿਨ a ਲਗਾਉਂਦਾ ਹੈ ਉਹ b ਨਾਲੋਂ 10 ਘੱਟ ਹਨ ਇਹ ਸਾਡੇ ਕੋਲ ਬਣ ਗਈ ਇਸ ਦੀ ਇਕੁਏਸ਼ਨ ਇਹ a ਦੇ ਦਿਨ ਤੇ ਇਹ b ਦੇ ਦਿਨ ਤੇ ਜੇ b ਦੇ ਦਿਨਾਂ ਵਿੱਚ ਅਸੀਂ 10 ਘਟਾਣੇ ਹਨ ਤਾਂ ਉਹ a ਜਿੰਨੇ ਦਿਨ ਬਣਦੇ ਹਨ ਤਾਂ ਇਹਨਾਂ ਨੂੰ ਸੋਲਵ ਕਰ ਲਓ ਇਹ 3x x ਉਧਰ ਚਲੇ ਜਾਵੇ ਗੱਦਾਸ ਇੱਧਰ ਠੀਕ ਹੈ ਨਾ ਇਹ ਮਾਈਨਸ ਦਾ ਪਲੱਸ ਹੋ ਗਿਆ ਇਹ ਪਲੱਸ ਦਾ ਇੱਧਰ ਆ ਕੇ ਮਾਈਨਸ ਹੋ ਗਿਆ 10 ਸਾਡੇ ਕੋਲ ਆ ਗਿਆ 2x x ਸਾਡੇ ਕੋਲ ਆ ਗਿਆ 5 ਠੀਕ ਹੈ x ਸਾਡੇ ਕੋਲ ਆ ਗਿਆ 5 ਤਾਂ ਇਹ ਕਹਿੰਦਾ b ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰ ਦਵੇਗਾ ਜੇ x ਨੂੰ ਅਸੀਂ 5 ਰੱਖੀਏ ਇੱਥੇ ਤਾਂ 3 5 15 ਤਾਂ ਇਹਦਾ ਮਤਲਬ b ਉਸ ਕੰਮ ਨੂੰ 3 5 15 ਦਿਨਾਂ ਵਿੱਚ ਕਰੇਗਾ ਤੇ a ਉਸ ਕੰਮ ਨੂੰ ਸਿਰਫ x ਕਰਦਾ ਹੈ ਇਹਦਾ ਮਤਲਬ a ਸਿਰਫ 5 ਦਿਨਾਂ ਵਿੱਚ ਕੰਮ ਖਤਮ ਕਰ ਦਵੇਗਾ ਉਮੀਦ ਹੈ ਤੁਹਾਨੂੰ ਇਹ ਸਮਾਂ ਅਤੇ ਵਰਕ ਦਾ ਟੌਪਿਕ ਸਮਝ ਆਇਆ ਹੋਵੇਗਾ ਧੰਨਵਾਦ ਇਹ ਸਾਰੇ ਕੁਐਸਚਨ ਤੁਹਾਡੇ ਐਗਜ਼ਾਮ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਇਸ ਤੋਂ ਇਲਾਵਾ ਤੁਸੀਂ ਸਾਡੇ ਟੈਲੀਗ੍ਰam ਅਤੇ ਇੰਸਟਾਗ੍ਰam ਗਰੁੱਪਾਂ ਨੂੰ ਵੀ ਜੁਆਇਨ ਕਰ ਸਕਦੇ ਹੋ ਜਿੱਥੇ ਕਿ ਮੈਂ ਤੁਹਾਨੂੰ ਇਸ ਦਾ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਵਾਂਗਾ ਅਤੇ ਜਿਸ ਸਬਜੈਕਟ ਉੱਤੇ ਮੈਂ ਵੀਡੀਓ ਨਹੀਂ ਬਣਾ ਪਾਉਂਦਾ ਉਹ ਸਾਰਾ ਮਟੀਰੀਅਲ ਮੈਂ ਟੈਲੀਗ੍ਰam ਅਤੇ ਇੰਸਟਾਗ੍ਰam ਉੱਤੇ ਪਾ ਦਿੰਦਾ ਹਾਂ ਇਸ ਲਈ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਜਾਂ ਤਾਂ ਸਿੱਧੇ ਤੌਰ ਤੇ ਉਸ ਨੂੰ ਜੁਆਇਨ ਕਰ ਲਵੋ ਜਾਂ ਫਿਰ ਆਪਣੇ ਆਪਣੇ ਟੈਲੀਗ੍ਰam ਅਤੇ ਇੰਸਟਾਗ੍ਰam ਉੱਤੇ ਸਟੱਡੀ ਐਂਡ ਇਨਫੋ ਸਰਚ ਕਰਕੇ ਵੀ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਨਾਲ ਸਾਨੂੰ ਹੋਰ ਵੀ ਵਧੀਆ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮਿਲਦੀ ਹੈ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ